अस्सलाम वालेकुम जी वीवर, की हाल चाल तुहाडा सारयां नूं? उम्मीद करना तुसीं सारे भी ठीक ठाक हो गए। अज जी असीं तुहाडे नाल शेयर करांगे 3SP पिंड की कहानी, जिहड़ी तहसील दीपालपुर जिला उकाड़ा ते डाखाना हवेली लखा है। ये पिंड किन्ना कु पुराना है, इस पिंड विच इंडिया दे वेले किहड़े लोग रहिंदे सी, और ये रकबे किन्ना नूं अलाट सी ते हुण किन्ना नूं अलाट ने, नाल इस पिंड नाल जुड़ी कुछ कहानी भी है जिहड़ी कि असीं बाबा जी मुहम्मद शफी कोलों सुणांगे उन्हां दी जुबानी सानू। ते बाबा जी दसो इस पिंड दे बारे कुछ। ये पिंड दे बारे दे विच इह कुछ हैगा वी इत्थे सिख वसदे रहे। अच्छा, उहदे दा नां इस तीजा नंबर ते इस नूं कटास सिंह दे नां दे नां कट्टिया है। इह 37 किले ते 5 कनाला रकबा। अच्छा, इस पिंड दा ते आपो आप कुछ जंग सन। ਕੋਈ ਕਿਸ ਤਰ੍ਹਾਂ ਇਸ ਤਰ੍ਹਾਂ ਸਿੱਖ ਉਹ ਖੂਹਾਂ ਦੇ ਮਾਲਕ ਇਸ ਤਰ੍ਹਾਂ ਕਰਕੇ ਪਿੱਛੇ ਫਿਰ ਸਾਧਰ ਗਏ ਸਨ। 37 ਤੋਂ 47 ਤੋਂ ਫਿਰ ਰੌਲਾ ਪੈ ਗਿਆ ਜਿਹੜਾ ਕੁਛ ਹੋਇਆ ਇਨਕਲਾਬ, ਉਹਦੇ ਪਿੱਛੇ ਫਿਰ ਕੋਈ ਆਏ ਮੀਆਂ ਸਾਹਿਬ ਜਿਹੜੇ ਹੈਗੇ ਸਨ ਲਖਤ ਅਲੀ ਖਾਂ, ਉਹਨਾਂ ਇੱਕ ਇੱਕ ਕਿੱਲਾ ਜੀਓ ਪਾਸੀ ਕੋਈ 5-4 ਸਾਲ ਆਪੋ ਆਪ ਵਰਤਦੇ ਰਹੇ। ਜਿਸ ਉਹਦੇ ਪਿੱਛੇ ਫਿਰ ਅਲਾਟਮੈਂਟਾਂ ਹੋਈਆਂ ਜ਼ਿਮੀਂਦਾਰਾਂ ਨੂੰ, ਹੁਣ ਰਕਬੇ ਆਮ ਰਕਬੇ ਵਿਹਲੇ ਹੋ ਗਏ। ਕੋਈ ਹੁਣ ਜਿਹੜੇ ਖਾਲਸ ਮਾਲਕ ਸਨ ਉਹ ਜੀ ਕਿਸੇ ਨੇ ਤਬਾਦਲੇ ਕਰ ਰਹੇ ਰਾਈਆਂ ਆ ਕੇ ਚੱਕਰ ਸਨ ਰਾਜ ਵੀ ਕਰ ਰਹੇ ਹੁੰਦੇ, ਤੇ ਉਹਨਾਂ ਰਾਈਆਂ ਨਾਲ ਤਬਾਦਲੇ ਕਰ ਰਹੇ ਕੋਈ ਰਿਆਸਤ ਦੇ ਸਨ। ਹੁਣ ਮਹਾਜਰ ਜਿਹੜੇ ਨੇ ਵਿੱਚ ਵਿੱਚ ਕੋਈ ਕੋਈ ਹੈ, ਕੋਈ ਕਿੱਲੇ ਦਾ ਮਾਲਕ, ਕੋਈ 14 ਪੀਰ ਸਾਡੇ ਜਿਹੜੇ ਹੈਗੇ ਸਨ ਇਹ ਹੈਗੇ ਨੇ ਪਿੱਛੋਂ ਜਿਹੜਾ ਪਿੰਡ ਦੇ ਚਿਸ਼ਤੀ, ਇਹਨਾਂ ਦਾ ਕੋਈ ਰਕਬਾ ਹੈ ਮਾਲਕੀ ਦਾ ਹੁਣ ਮਹਾਜਰ ਨੇ। ਅੱਛਾ, ਜਿਹੜੇ ਬਹੁਤ ਸਾਰੇ ਲੋਕ ਜਿਹੜੇ ਨੇ ਲੋਕ ਸਾਡੇ ਸ਼ਹਿਰ ਦਿੱਤਾ ਮੁੱਠ ਲੈ ਕੇ ਆਮ ਆਬਾਦ ਹੋ ਗਏ ਨੇ। ਸਹੀ, ਇੱਕ ਸ਼ਹਿਰੀ ਜਿਹਾ ਭਾਸਾ ਬਣ ਗਿਆ ਨਾ ਮਹਾਜਰ ਬੁਣਾ, ਤੇ ਕੋਈ ਨਹੀਂ ਰਹਿ ਗਿਆ, ਕੋਈ ਨਹੀਂ ਰਹਿ ਗਿਆ। ਬਾਕੀ ਹੁਣ ਇਸ ਤਰ੍ਹਾਂ ਦਾ ਹਿਸਾਬ ਹੈਗਾ ਹੈ ਬਈ ਆਪੋ ਆਪਣੀ, ਕੋਈ ਕਿਸੇ 'ਤੇ ਕਿਸੇ ਦਾ ਸਹਾਰਾ ਨਹੀਂ ਵੀ ਅੱਜ ਮੈਨੂੰ ਕੋਈ ਮੁਸੀਬਤ ਪੈ ਗਈ ਤਾਂ ਮੈਂ ਫਲਾਣਿਆਂ ਦਾ ਤਕਵਾ ਰੱਖ ਲਵਾਂ, ਨਹੀਂ ਆਪਦੀ ਜਾਨ 'ਤੇ ਸਹਿਣਾ ਲੈਣਾ। ਕੋਈ ਕਿਸੇ ਤਰ੍ਹਾਂ ਦੀ ਮੁਖਤਿਆਰੀ ਨਹੀਂ, ਕਿਸੇ ਦਾ ਕੋਈ ਵਾਰਸ ਨਹੀਂ, ਕੋਈ ਗੱਲ ਨਹੀਂ। ਆਪ ਜੀ ਵੀ ਭੈਣਾਂ ਭਰਾਵਾਂ ਦੇ ਸਲੂਕ ਸਾਰਿਆਂ ਦੇ ਟੁੱਟੇ ਨੇ। ਬਾਕੀ ਵਜ੍ਹਾ ਇਹ ਕਿ ਵੀ ਹੁਣ ਇਸ ਵੇਲੇ ਮਾਲਕ ਜਿਹੜਾ ਉਹਦੇ ਸਿਰੇ ਦਾ ਕੋਈ ਨਹੀਂ। ਸਹੀ, ਤੇ ਇਹ ਜਿਹੜਾ ਪਾਕਿਸਤਾਨ ਬਣਨ ਤੋਂ ਪਹਿਲੇ ਉਸ ਟਾਈਮ ਇਹ ਪਿੰਡ ਵਿੱਚ ਕਿਹੜੇ ਲੋਕ ਆਬਾਦ ਸਨ? ਕੁਝ ਇੰਡੀਆ ਜਿਹੜੇ ਹੁਣ ਲੋਕ ਇੰਡੀਆ ਚਲੇ ਗਏ ਨੇ, ਕੁਝ ਉਹਨਾਂ ਵਿੱਚ ਕੁਝ ਲੋਕਾਂ ਦੇ ਕੋਈ ਨਾਂ ਯਾਦ ਹੈ? ਹੈਗੇ ਨੇ। ਹਾਂ, ਕਿਹੜੇ ਕਿਹੜੇ ਨਾਂ ਸੀ ਕਿ ਤੁਹਾਡੇ ਉਸ ਟਾਈਮ ਦੇ ਕੋਈ ਦੋਸਤ ਸਨ ਕੋਈ? ਉਹ ਸਾਡੇ ਤਾਂ ਦੋਸਤ ਜਿਹੜੇ ਸੀ ਨਾ ਉਦੋਂ ਤਾਂ ਅਸੀਂ 6ਵੀਂ 'ਚ ਮੈਂ ਪੜ੍ਹਦਾ ਹੁੰਦਾ ਸਾਂ। ਹਾਂਜੀ, ਉਦੋਂ ਤਾਂ ਜਿਹੜੇ ਦੋਸਤ ਸਨ ਨਾ ਉਹ ਤਾਂ ਫਿਰ ਹੈਗੇ ਨਾ ਚੋਰ ਚਿੱਕਰ, ਉਹ ਜਿਹੜੇ ਵੜਕੇ ਸਨ, ਕੋਈ ਬਾਗਾ ਸਿੰਘ ਤੇ ਕੋਈ ਜਾਗਰ ਸਿੰਘ ਤੇ ਕੋਈ ਕਿਸ ਤਰ੍ਹਾਂ ਕਰਕੇ, ਆਹ ਖੂਹ ਬੂਟਾ ਸਿੰਘ ਦਾ, ਆਹ ਖੂਹ ਚੰਦਾ ਸਿੰਘ ਦਾ, ਆਹ ਫਲਾਨੇ ਦਾ, ਆਹ ਭੱਗੇ ਕੇ, ਤੇ ਇਸ ਤਰ੍ਹਾਂ ਕਰਕੇ ਜਿਹੜੇ ਹੈਗੇ ਸੀ ਨਾ ਇਹੋ ਜਿਹੇ ਸਿੱਖ, ਹੋਰ ਇਹੋ ਜਿਹਾ ਮਾਲਕ ਸਨ ਸਾਰੇ ਉਹ ਵਿੱਚ ਰਿਆਇਆ ਜਿਹੜੇ ਹੈਗੇ ਸੀ ਕੁਛ ਅਸੀਂ ਤੇ ਕੋਈ ਘੁਮਿਆਰ ਕੋਈ ਤੇਲੀ ਜਿਹੜੇ ਹੁਣ ਮਾਲਕ ਬਣ ਗਏ ਨੇ। ਸਹੀ, ਹੁਣ ਜ਼ਮੀਨਦਾਰ ਵਾਲਾ ਸੌਦਾ ਤਾਂ ਰਹਿ ਨਹੀਂ, ਕੋਈ ਨਹੀਂ ਰਹਿ। ਅੱਛਾ, ਉਸ ਟਾਈਮ ਵੰਡ ਦੇ ਵੇਲੇ ਤੁਸੀਂ 6ਵੀਂ ਕਲਾਸ ਵਿੱਚ ਪੜ੍ਹਦੇ ਸੀ? ਮੈਂ 6ਵੀਂ ਦੇ ਵਿੱਚ ਪਾਸ। ਸਹੀ, 6ਵੀਂ ਤੇ ਉਸ ਟਾਈਮ ਦੇ ਜਿਹੜੇ ਤੁਹਾਡੇ ਕਲਾਸ ਫੈਲੋ ਸਨ ਜਿਹੜੇ ਬੇਲੀ ਤੁਹਾਡੇ ਸੱਜਣ ਸਨ, ਉਹ ਸੱਜਣਾਂ ਦੇ ਹੁਣ ਯਾਰ ਨਾ ਭੁੱਲ ਗਏ? ਨਾ ਭੁੱਲ ਗਏ, ਕੋਈ ਮਹਿੰਦਰ ਸਿੰਘ ਤੇ ਕੋਈ ਕਿਸਰਾ ਸਰ ਜਿਹੜੇ 6ਵੀਂ ਤੱਕ ਜੋ ਪੜ੍ਹਦੇ ਰਹੇ। ਸਹੀ, ਕੋਈ ਮਾਸਟਰ ਸੁਝਾਰਾ ਕੋਈ ਸਿੱਖ ਕੋਈ ਇਹੋ ਜਿਹੇ ਕੋਈ ਹੁੰਦੇ ਹੁੰਦੇ ਸਨ। ਤੇ ਅਜੇ ਵੀ ਕੁਝ ਉਹਨਾਂ ਲੋਕਾਂ ਦੀਆਂ ਕੁਝ ਥਾਵਾਂ ਖੜੀਆਂ ਨੇ ਕਿ ਕੋਈ ਨਹੀਂ ਇਸ ਪਿੰਡ ਵਿੱਚ ਥਾਵਾਂ? ਹਾਂ, ਕਿਵੇਂ ਉਹਨਾਂ ਦੇ ਨਾਂ ਦੀਆਂ ਵੀ ਉਹਨਾਂ ਦੇ ਘਰ ਜਿਹੜੇ ਸਨ? ਉਹਨਾਂ ਦੇ ਘਰ ਸਾਰੇ ਸਨ ਹੁਣ ਪੱਕੇ ਹੋ ਗਏ, ਇਹ ਸਾਰੇ ਕੱਚੇ ਸਨ। ਸਹੀ, ਮਤਲਬ ਇਹ ਕਰੀ ਦੀਆਂ ਕੜੀਆਂ ਬਾਲਣ ਸਾਰਾ ਕੁਝ ਬਾਲੇ ਚੜੇ ਸਨ, ਉਹ ਮਾਲਕ ਬਾਬਾ ਸਨ। ਰਕਬਾ ਬੂਟਾ ਸਿੰਘ ਦਾ ਉਹਦਾ ਹੈਗਾ ਸੀ, ਉਹ ਕਿਗਰੇ ਵਾਲਾ ਖੂਹ ਹੁਣ ਵੱਜਦਾ, ਕਿਕਰਾਂ ਵਾਲਾ ਖੂਹ ਹੁਣ ਵੱਜਦਾ, ਕਿਗਰੇ ਵਾਲਾ, ਉਹ ਕਿਗਰੇ ਕਾ ਕੇ ਮਹਾਜਰ ਬੈਠੇ ਸਨ। ਅੱਛਾ, ਉਹਦਾ ਬਸ ਉਹਨਾਂ ਦਾ ਖੂਹ ਆ ਗਿਆ, ਇੱਥੇ ਕੁਛ ਬਾਲ ਲਿਆ ਕਿਸੇ ਨੇ ਉਹਦਾ ਖੂਹ ਬਣ ਗਿਆ। ਉਹਦਾ ਮਤਲਬ ਉਹ ਹੈਗਾ ਸੀ ਚੰਦਾ ਸਿੰਘ ਦਾ, ਉਹਦਾ ਪੁੱਤਰ ਇੱਕ ਬੂਟਾ ਸਿੰਘ ਸੀ, ਉਹਦੀ ਖੂਹੀ ਆ ਬਾਬਾ ਜਾਰ ਪੀਰ ਜਿਹੜਾ ਸਿਰਫ 1-9 ਕਿੱਲੇ ਉਹਦੀ ਇੱਥੇ ਰਕਬਾ ਸੀ। ਆਹ ਜਿਹੜੇ ਜੰਗ ਸਨ ਇਹਨਾਂ ਦਾ ਜਿਹੜਾ ਖੂਹ ਹੈ ਇਹ ਗੋਲੇ ਵਾਲਾ ਰਾਜੇ ਜੰਗ, ਬਿਲਕੁਲ ਜਿਹੜੇ ਇੱਕ ਇੱਕ ਅਸੀਂ ਉਹ ਮੱਤੇ ਵਾਲੇ ਦੇ ਕੋਲ, ਤੇ ਜਿਹੜੇ ਆਹ ਹੈਗੇ ਨੇ ਕੀ ਇਹਨੂੰ ਸਾਦੇ ਤਾਬੇ ਕੇ, ਅੱਜ ਜਿਹੜਾ ਚੋਟੀਆਂ ਰਹਿੰਦੇ ਨੇ ਇਹਨਾਂ ਦਾ ਖੂਹ ਇੱਧਰ, ਇਸ ਤਰ੍ਹਾਂ ਕਰਕੇ
ओदो बाद सारा कुछ इन्ना के गए भी ओदो को सुख सी गरीबा नु बड़ा कुछ आनंद सी एको जो चोरी चारी आला साहब कोई नहीं ये पाकिस्तान बनन तो पहले बांड तो पहला ओडो सी जी आकड़े कड़ाए सारे खरने खाने बारी बारी सही साडे पुलिस भी कोट दी ते लोक भी आदे लोक भी कोट जाने जोर भी सारे चिट्टे दिन पाए जाने से दूजा पूछदा कोई नहीं पूछदा कोई नहीं और तो ना है हालात कोई नहीं के खराब और तो मार गए चंगे जेड़े चले गए कबरा च हूं तो समझो तुसी अल्लाह ताला कर्म करे तो कोई बड़ी हुकूमत बनी जे कोई अल्लाह का बंदा आ गया तो जेड़े हालात से अगे बेतफाकी कोई नहीं सी वंड तो पहला मतलब सुकून सी सुकून सी ਇਹਦਾ ਮਤਲਬ ਹੈਗਾ ਵੇ ਇਹ ਇਸਮੇ ਜ਼ਿਮੀਂਦਾਰ ਹੈ ਨਾ ਜਿਨ੍ਹਾਂ ਦੇ ਅਸੀਂ ਮਤਾਇਤ ਬੈਠੇ ਸਾਂ ਹਾਂਜੀ ਉਹਨਾਂ ਤੋਂ ਬਾਲਣ ਲੱਕੜ ਦੀ ਕਿਸੇ ਤਰ੍ਹਾਂ ਦੀ ਸਾਰਾ ਕੁਝ ਸਹੂਲਤ ਸੀ ਪੱਠੇ ਵੀ ਵੜ ਲੈਣੇ ਉਹਨਾਂ ਦੇ ਮੁੱਕ ਗਏ ਨੇ ਤੇ ਹੁਣ ਤਾਂ ਉਹਦਾ ਰਹਿਮ ਕਰੇ ਠਾਣੇ ਤੋਂ ਉਹਦਾ ਗੱਲ ਕੋਈ ਨਹੀਂ ਸੁਣਦੇ ਸਹੀ ਗੱਲ ਹੁਣ ਤਾਂ ਤੈਨੂੰ ਦੱਸਿਆ ਵੀ ਹਰੇਰ ਹੀ ਬੱਚਿਆ ਪਿਆ ਹਰ ਕੋਈ ਆਉਂਦਾ ਮੇਰੇ ਜਿਹਾ ਕੋਈ ਨਹੀਂ ਕੋਈ ਨਹੀਂ ਇਵੇਂ ਗੱਲ ਹਾਂਜੀ सारा कुछ बन गया जी रह गए पावली और असि की करिए आप फखर आली गल तो कोई नहीं 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 उम्मीद करना आज दी वीडियो तुहानू पसंद आई उसी जे अगर पसंद आई है ते इहदे नाल ही साडे चैनल पंजाब दे पीडीपी नू ज्यादा ज्यादा लाइक करो शेयर करो ते सब्सक्राइब करो ते इहदे नाल ही संदे इजाज़त अल्लाह हाफिज़।